हर गुर के मन ही बसेरा, निज घर में रहल पावो सुख से है जे, निज घर में रहल पावो सुख से है जे, और ना होए तो फेरा, शरदा मन की पूरी, शरदा मन की पूरी, नानक दास है सुख मांगे, नानक दास है सुख मांगे, मुख कर सुन कर संतन की तूरे, इहा खाट चलो हर लागा, इहा खाट चलो हर लागा, आके बसन सुनीला, आके ओंकार श्री वाहिगुरु जी की फतेह। श्री भगवती जी सहाय वार, श्री भगवती जी की पातशाही दसवें प्रथम भगवती सिमर कै, गुरु नानक ली ध्याए फिरंगत गुर ते अमरदास, रामदास हुई सहाय सेवा कीती बिल्डिंग फंड सतगुरु जी, कृपा करने कीती सेवा परिवार दी सफल करने, चढ़दी कला करने सतगुरु जी, आप जी दी पावन हजूरी अंदर पवित्र पावन कड़ा प्रसाद देख सजा के हाजिर कीती गई है, देख सजाउंदियां होईयां सुखम भला नाच तारणी, आप जी कृपा करो कड़ा प्रसादी देख दर प्रवान करो, दर प्रवान होया प्रसाद साह संगत च वरताउण दी आग्या बख्शे करने, सरबत संगतां ने आप जी दर दीआं हाजरियां भरियां, सरबत संगत दी हाजरी प्रवान करनी, कदम कदम लेखे लाउणे तिल फुल भेटा प्रवान करनिया, गुरमत अनुसार शुभ मनोकामनावां भावनावां पूरियां करनिया, दरों करो नामदान गुरसिखी जीवन बख्शिश करना सतगुरु जी, ऐस आप जी कृपा करो अपना पवित्र पावन इलाही हुक्मनामा बख्शिश करके आईया सर्वा संगता नूं कृपार्थ करो, सही गुरमत प्यारे मिलने जिन्हां मिलिया आप जी दा पवित्र नाम दित्ता वे, नानक नाम चढ़दी कला वाहिगुरु जी का खालसा वाहिगुरु जी की फतेह। दोहराए सोनिहाल वाहिगुरु जी का खालसा वाहिगुरु जी की फतेह। श्री वाहिगुरु साहिब जी सोरठ महला पंजवा, अमरी गणत ना गणिया काए, अपना बिरद पछाण, हाथ दे राखे कर अपने, अपने दास के आप पैज राखे, नानक सतगुरबान, वाहिगुरु जी का खालसा वाहिगुरु जी की फतेह। साध संगत जी वाहिगुरु जी का खालसा वाहिगुरु जी की फतेह। अज दा यह कार्यक्रम स्वर्गवासी सरदार गुरदयाल सिंह जी रंधावा, जो कि पिछले वरे साडे चो विछड़ के गुरु चरणा च विराजमान हुए, उन्हां दी पहली बरसी दे उपलक्ष्य विच रख्या गया।
ਸਰਦਾਰ ਗੁਰਦਿਆਲ ਸਿੰਘ ਰੰਧਾਵਾ ਜੀ ਦੀ ਪਹਿਲੀ ਬਰਸੀ ਮਨਾਉਣ ਲਈ ਇਕੱਠੇ ਹੋਏ ਹਾਂ। ਸਰਦਾਰ ਗੁਰਦਿਆਲ ਸਿੰਘ ਰੰਧਾਵਾ ਇੱਕ ਆਪਣੀ ਵੱਖਰੀ ਕਿਸਮ ਦੀ ਪਰਸਨੈਲਿਟੀ ਸੀ। ਜਿੰਨਾ ਕੁਛ ਇਨਸਾਨ ਨੂੰ ਮੈਂ ਜਾਣਿਆ, ਮੇਰਾ ਕੋਈ ਬਹੁਤ ਲੰਮਾ ਵਾਰ ਨਹੀਂ ਸੀ ਉਹਨਾਂ ਨਾਲ। ਗੁਰੂ ਰੂਪ ਸਾਧ ਸੰਗਤ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਰਦਾਰ ਗੁਰਦਿਆਲ ਸਿੰਘ ਰੰਧਾਵਾ ਜੀ ਦੇ ਦੋਸਤ, ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਸੰਗੀ ਸਾਥੀ, ਉਹਨਾਂ ਨੂੰ ਜਾਣਨ ਵਾਲੇ ਅੱਜ ਉਹਨਾਂ ਦੀ ਪਹਿਲੀ ਬਰਸੀ ਦੇ ਮੌਕੇ ਤੇ ਅਰਦਾਸ ਦੇ ਸਮੇਂ ਤੇ ਇਕੱਠੇ ਹੋਏ ਆ। ਰੰਧਾਵਾ ਜੀ ਦੇ ਜੀਵਨ ਬਾਰੇ ਜੇ ਬੋਲਣਾ ਚਾਹੀਏ ਤਾਂ ਬਹੁਤ ਲੰਬਾ ਸਮਾਂ ਬੋਲਿਆ ਜਾ ਸਕਦਾ ਹੈ। ਉਹ ਇੱਕ ਵੱਖਰੀ ਕਿਸਮ ਦੇ ਇਨਸਾਨ ਸਨ, ਵੱਖਰੀ ਕਿਸਮ ਦੀ ਉਹਨਾਂ ਦੀ ਪਰਸਨੈਲਿਟੀ ਸੀ। ਉਹ ਸ਼ਖਸੀਅਤ ਸਰਦਾਰ ਗੁਰਦਿਆਲ ਸਿੰਘ ਜੀ ਰੰਧਾਵਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸੇਵਾ ਦੇ ਵਿੱਚ ਗੁਜ਼ਾਰਿਆ, ਹਰ ਦੁਖੀ ਦੀ, ਹਰ ਆਪਣੇ ਸਮਾਜ ਦੀ, ਜਿਹੜੇ ਪਿੰਡ ਚੋਂ ਰਹਿੰਦੇ ਸਨ ਉੱਥੇ ਹਮੇਸ਼ਾ ਸੇਵਾ 'ਚ ਰਹੇ। ਅਤੇ ਉਹਨਾਂ ਦੇ ਬੇਟੇ ਰਾਜਦੀਪ ਜੀ, ਜਿਹੜੇ ਮੇਰੇ ਬਚਪਨ ਦੇ ਦੋਸਤ ਨੇ, ਉਹਨਾਂ ਦਾ ਵੀ ਸੁਭਾਅ ਇਸੇ ਤਰ੍ਹਾਂ ਹੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਲਈ ਆਪਾਂ ਹਮੇਸ਼ਾ ਖੜੇ ਰਹੀਏ। ਅਤੇ ਇੱਥੇ ਨਾਲ ਆਏ ਹੋਏ ਅੱਜ ਸਾਡੇ ਉਹ ਸ਼ਹੀਦਾਂ ਦੇ ਪਰਿਵਾਰ, ਜਿਨ੍ਹਾਂ ਨੇ ਮਾਤਰ ਭੂਮੀ ਦੀ ਰੱਖਿਆ ਕਰਦੇ ਹੋਏ ਬਹਾਦਰੀ ਦੇ ਨਾਲ ਮਹਾਨ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਨਾਲ ਵਿੱਕੀ ਜੀ ਸਾਡੇ ਜਨਰਲ ਸੈਕਟਰੀ ਤੇ ਬੈਠੇ ਹੋਏ ਮੇਰੇ ਦੋਸਤੋ, ਵੀਰੋ ਤੇ ਬਜ਼ੁਰਗੋ, ਇਹ ਸ਼ਹੀਦਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ। ਇਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ, ਜੋ ਜੋ ਇਹ ਕੁਰਬਾਨੀਆਂ ਕਰਦੇ ਨੇ, ਇਹ ਜਦੋਂ ਘਰੋਂ ਜਵਾਨ ਨਿਕਲਦੇ ਨੇ, ਮੌਤ ਦਾ ਕਫਨ ਬੰਨ੍ਹ ਕੇ ਨਿਕਲਦੇ ਨੇ, ਔਰ ਇਹ ਸੋਚ ਕੇ ਨਿਕਲਦੇ ਨੇ ਅਸੀਂ ਵਾਪਸ ਨਹੀਂ ਆਵਾਂਗੇ। ਜਦੋਂ ਜਵਾਨ ਆਪਣੀ ਪਤਨੀ, ਆਪਣੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ, ਆਪਣੇ ਪਿਤਾ ਨੂੰ, ਆਪਣੀ ਮਾਂ ਨੂੰ ਦੇਖਦਾ, ਆਪਣੀ ਪਤਨੀ ਨੂੰ ਦੇਖਦਾ, ਉਹ ਜਵਾਨ ਦੀਆਂ ਅੱਖਾਂ ਭਰੀਆਂ ਹੁੰਦੀਆਂ ਨੇ, ਨਮ ਹੁੰਦੀਆਂ ਨੇ, ਔਰ ਉਹ ਸੋਚ ਕੇ ਜਾਂਦਾ ਪਤਾ ਨਹੀਂ ਇਹਨਾਂ ਨੂੰ ਮੈਂ ਦੇਖ ਪਾਵਾਂਗਾ ਜਾਂ ਨਹੀਂ ਦੇਖ ਪਾਵਾਂਗਾ। ਔਰ ਬੱਚਿਆਂ ਨੂੰ ਤਾਂ ਪਤਾ ਕੁਛ ਨਹੀਂ ਹੁੰਦਾ, ਹੁਣ ਮੈਂ ਕਿੱਥੋਂ ਨੰਗਲ, ਸਾਡੇ ਪਿਤਾ ਜੀ ਖੜੇ ਨੇ, ਇਹਨਾਂ ਦਾ ਬੇਟਾ ਸ਼ਹੀਦ ਹੋਇਆ, ਜੇ ਅਵਾਰਡ ਹੋ ਰਿਹਾ ਕਿਤੇ, ਕੋਈ ਅਵਾਰਡ ਹੋ ਰਿਹਾ, ਉੱਥੇ ਤਾਂ ਅਸੀਂ ਸਾਰੇ ਬਣ ਤਣ ਕੇ ਜਾਂਦੇ ਹਾਂ ਕਿ ਚਲੋ ਸਾਨੂੰ ਅਵਾਰਡ ਮਿਲਣੇ, ਪ੍ਰਾਊਡ ਨਹੀਂ ਮਿਲਦਾ ਉੱਥੇ, ਇੱਥੇ ਪ੍ਰਾਊਡ ਮਿਲਿਆ। ਇੱਥੇ ਇਹ ਲੱਗਦਾ ਕਿ ਸਾਡਾ ਪੰਜਾਬ ਵਾਕਿਆ ਬੜਾ ਅਮੀਰ ਹੈ, ਸਾਡੇ ਪੰਜਾਬੀ ਵਾਕਿਆ ਬੜੇ ਅਮੀਰ ਨੇ, ਜਿਹੜੇ ਦੇਸ਼ ਦੀ ਖਾਤਰ ਹੱਸ ਹੱਸ ਕੇ ਜਾਨਾਂ ਵਾਰ ਦਿੰਦੇ ਨੇ। ਜਿਵੇਂ ਰਾਜਦੀਪ ਭਾਅ ਜੀ ਨੇ ਕਿਹਾ ਕਿ ਬਜ਼ੁਰਗ ਕਹਿੰਦੇ ਨੇ ਕਿ ਗੇਟ ਬਣਾ ਦਿਓ ਤਾਂ ਕਿ ਉਹਦੇ ਪੁੱਤ, ਉਹਦੇ ਪੋਤਰੇ ਦੇਖ ਕੇ ਕਹਿਣ ਕਿ ਸਾਡੇ ਬਾਪ ਦਾ, ਸਾਡੇ ਦਾਦੇ ਦਾ ਕਿੰਨਾ ਵੱਡਾ ਜਜ਼ਬਾ ਸੀ ਦੇਸ਼ ਦੀ ਖਾਤਰ ਜਾਨ ਦੇਣ ਦਾ, ਹੈ ਨਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ, ਜਿਹੜੇ ਮੇਰੇ ਭਰਾ ਸੁਣਦੇ ਹੋਣਗੇ ਜਾਂ ਜਿਹੜੇ ਉੱਧਰ ਖੜੋਤੇ ਨੇ, ਉਹਨਾਂ ਨੂੰ ਕਿ ਨਸ਼ਿਆਂ ਨੁਸ਼ਿਆਂ ਨੂੰ ਛੱਡੋ ਯਾਰ, ਜੇ ਜਾਨਾਂ ਹੀ ਦੇਣੀਆਂ ਤਾਂ ਫਿਰ ਦੇਸ਼ ਦੀ ਖਾਤਰ ਦਿਓ, ਤਾਂ ਕਿ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੂੰ, ਤੁਹਾਡੀਆਂ ਅਗਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਦੇਸ਼, ਇਹ ਵਤਨ, ਇਹ ਪੰਜਾਬ, ਇਹ ਮਿੱਟੀ, ਇਹਦਾ ਕੀ ਮੋਲ ਹੈ, ਇਹਦੀ।
सुनो मेरी नीता, करो बिनती,
ਸਾਡੀ ਛਿਨ ਛਿਨ ਕਰਕੇ ਸਾਰਿਆਂ ਦੀ ਆਯੂ ਘੱਟ ਰਹੀ ਹੈ। ਪਰ ਜਿਹੜਾ ਆ ਮਨੁੱਖਾ ਜਨਮ ਮਿਲਿਆ ਹੈ ਇਹ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਹੀ ਸਵਾਰ ਸਕਦਾ ਹੈ। ਕਿ ਜਿਹਾ ਹੈ ਖੂਬਸੂਰਤ ਸਰੀਰ ਦੇਖ ਸਤਿਗੁਰਾਂ ਨੇ ਸੰਪੂਰਨ ਕਰਕੇ ਇਸ ਜੀਵਨ ਨੂੰ ਦੁਨੀਆਂ ਤੇ ਬਣਾ ਕੇ ਭੇਜਿਆ ਹੈ। ਸਤਿਗੁਰ ਦੀ ਸਾਰੀ ਉਮਰ ਨਿੰਦਿਆ ਚ ਨਹੀਂ ਕਰ ਸਕੀ, ਈਰਖਾ ਹੀ ਕਰ ਸਕੀ ਹੈ। ਕੰਨਾਂ ਨਾਲ ਕੀਤਾ ਕੀ, ਕੰਨਾਂ ਨਾਲ ਨਿੰਦਿਆ ਚ ਨਹੀਂ ਸੁਣ ਸਕੀ ਸਤਿਗੁਰ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਕਿਹੜਾ ਕੰਮ ਕੀਤਾ ਈ। ਸਤਿਗੁਰੂ ਜੀ ਦੱਸਦੇ ਨੇ ਵੀ ਇਹਨੇ ਹੋਰ ਤੇ ਕੀ ਕਰਨਾ ਸੀ, ਜਿਸ ਮਾਲਕ ਨੇ ਬਣਾ ਕੇ ਭੇਜਿਆ ਸੀ ਨਾ, ਸਵਾਰ ਕੇ ਭੇਜਿਆ ਸੀ। ਜਿਨ ਹਰ ਤੇਰਾ ਰਚਨ ਰਚਿਆ, ਸੋਝੀ ਪਾ ਕੇ ਭੇਜੀ ਸੀ, ਤੂੰ ਦੂਸਰਿਆਂ ਦਾ ਭਲਾ ਕਰਨਾ ਹੈ, ਇਹਨਾਂ ਹੱਥਾਂ ਦੇ ਨਾਲ ਤੂੰ ਦੂਸਰਿਆਂ ਦੀ ਸੇਵਾ ਕਰਨੀ ਹੈ, ਇਹਨਾਂ ਅੱਖਾਂ ਦੇ ਨਾਲ ਤੂੰ ਸਾਰਿਆਂ ਵਿੱਚੋਂ ਰੱਬ ਵੇਖਣਾ ਹੈ। ਅਸਲੀ ਸ਼ਰਧਾ ਦੇ ਫੁੱਲ ਕੀਰਤਨ, ਇੱਕ ਸ਼ਬਦ ਆਉਂਦਾ ਹੈ, ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀਏ, ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਸਾਰੀ। ਐਸੀ ਮਰਨੀ ਜੋ ਮਰੇ ਮਰਤਾ
ਰਖੂਆ ਮਰ ਪੀ ਨ ਜਾਣੈ ਕੋਈ ਮਰ ਪੀ ਨ ਜਾਣੈ ਕੋਈ ਐਸੀ ਮਰਨੀ ਜੋ ਮਰੇ ਬੋਲ ਨ ਮਰਨਾ ਹੋਏ ਬੋਲ ਨ ਮਰਨਾ ਹੋਏ ਐਸੀ ਮਰਨੀ ਜੋ ਮਰੇ ਬੋਲ ਨ ਮਰਨਾ ਹੋਏ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਧਾਏ ਸਮਥਾਈ ਹੋਏ ਸਹਾਏ
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਖਵਾਇਆ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਨੰਦ ਕੀਤਾ ਬਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਨ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਪਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਪਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੈ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਕਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀ ਹੈ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨਾਂ ਚ ਅਰਦਾਸ ਵਾਕ ਅਨੁਸਾਰ ਦਰ ਕਰਦੇ ਪ੍ਰੀਤਮਾ ਸਰਦਾਰ ਗੁਰਦਿਆਲ ਸਿੰਘ ਜੀ ਰੰਧਾਵਾ ਜੋ ਸਤਿਗੁਰ ਜੀ ਉਹਨਾਂ ਦੀ ਪਹਿਲੀ ਬਰਸ਼ੀ ਦੇ ਸੰਬੰਧ ਅੰਦਰ ਸਤਿਗੁਰ ਜੀ ਪਰਿਵਾਰ ਨੇ ਆਪ ਜੀ ਦਾ ਉਲਟਾ ਆਸਰਾ ਲੈ ਕੇ ਖੁੱਲੇ ਪੰਡਾਲਾਂ ਚ ਆਪ ਜੀ ਦੇ ਪ੍ਰਕਾਸ਼ਮਾਨ ਕੇ ਸਤਿਗੁਰ ਜੀ ਦੀਵਾਨ ਸਜਾਏ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬਿਅੰਤ ਭੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਸਮਰੱਥ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ ਉਗਦੇ ਸਮੇਂ ਤੇ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਆਪ ਜੀ ਨੇ ਅੰਗੀਕਾਰ ਕੀਤੇ ਸਤਿਗੁਰੂ ਜੀ ਪਰਿਵਾਰ ਦੀ ਕੀਤੀ ਸੇਵਾ ਸਫਲ ਗੁਰੂ ਜੀ ਪਰਿਵਾਰ ਵੱਲੋਂ ਗੁਰਦੁਆਰਾ ਅਰਬਨ ਸ਼ਿਕਵਾ ਤੇ ਸਤਿਗੁਰੂ ਜੀ 21,000 ਰੁਪਈਆ ਸੇਵਾ ਕੀਤੀ ਬਿਲਡਿੰਗ ਫੰਡ ਸਤਿਗੁਰੂ ਜੀ ਕਿਰਪਾ ਕਰਨੇ ਕੀਤੀ ਸੇਵਾ ਪਰਿਵਾਰ ਦੀ ਸਫਲ ਕਰਨੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪਵਿੱਤਰ ਪਾਵਨ ਕੜਾ ਪ੍ਰਸ਼ਾਦ ਦੀ ਸਜਾ ਕੇ ਹਾਜ਼ਰ ਕੀਤੀ ਗਈ ਹੈ ਦੇਵ ਸਜਾਉਂਦਿਆਂ ਹੋਈਆਂ ਸੁਖਮ ਭੱਲਾ ਨਾ ਚਤਾਣੀ ਆਪ ਜੀ ਕਿਰਪਾ ਕਰੋ ਕੜਾ ਪ੍ਰਸ਼ਾਦ ਜੀ ਦੇਵ ਦਰ ਪ੍ਰਵਾਨ ਕਰੋ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੇ ਕਰਨੇ ਸਰਬੱਤ ਸੰਗਤਾਂ ਨੇ ਆਪ ਜੀ ਦਰ ਦੀਆਂ ਹਾਜ਼ਰੀਆਂ ਭਰੀਆਂ ਸਰਬੱਤ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੇ ਕਦਮ ਕਦਮ ਲੇਖੇ ਲਾਉਣੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀਆਂ ਗੁਰਮਤ ਅਨੁਸਾਰ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸਤਿਗੁਰ ਜੀ ਐ ਸੁਖ ਆਪ ਜੀ ਕਿਰਪਾ ਕਰੋ ਆਪਣਾ ਪਵਿੱਤਰ ਪਾਵਨ ਇਲਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਆਈਆਂ ਸਰਬੱਤ ਸੰਗਤਾਂ ਨੂੰ ਕਰਤਾਰਤ ਕਰੋ ਸਹੀ ਗੁਰਮਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਦਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈਆ ਕਾਲ ਕੀ ਕਬਹਿ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਪੋਚ ਹੈ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਾਜ ਹੈ ਚੜੇ ਸੋਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਮਰੀ ਗਣਤ ਨਾ ਗਣਿਆ ਕਾਏ ਆਪਣਾ ਬਿਰਧ ਪਛਾਣ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ
ਅਮਰੇ ਗਣਤ ਨਾਮ ਗਣਿਆ ਕਾਏ ਆਪਣਾ ਬਿਰਧ ਪਛਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪਹਿਜ ਰਾਖੇ ਨਾਨਕ ਸਤਿਗੁਰਬਾਣ ਜੀਉ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪਹਿਜ ਰਾਖੇ ਨਾਨਕ ਸਤਿਗੁਰਬਾਣ ਸਾਹਿਬ ਜੀ ਦੀ ਹਜ਼ੂਰੀ ਚ ਵਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕਾਰਜਕ੍ਰਮ ਸਵਰਗ ਵਾਸੀ ਸਰਦਾਰ ਗੁਰਦਿਆਲ ਸਿੰਘ ਜੀ ਰੰਧਾਵਾ, ਜੋ ਕਿ ਪਿਛਲੇ ਵਰੇ ਸਾਡੇ ਚੋਂ ਵਿਛੜ ਕੇ ਗੁਰੂ ਚਰਨਾਂ 'ਚ ਵਿਰਾਜਮਾਨ ਹੋਏ, ਉਹਨਾਂ ਦੀ ਪਹਿਲੀ ਬਰਸੀ ਦੇ ਉਪਲਕਸ਼ ਵਿੱਚ ਰੱਖਿਆ ਗਿਆ। ਉਹਨਾਂ ਦੇ ਪਰਿਵਾਰ, ਉਹਨਾਂ ਦੇ ਸਪੁੱਤਰ ਸਰਦਾਰ ਰਾਜਦੀਪ ਸਿੰਘ ਰੰਧਾਵਾ, ਜਿਨ੍ਹਾਂ ਨੇ ਕਿ ਆਪ ਸਭ ਨੂੰ ਗੁਰੂ ਪਿਆਰੀ ਹਜ਼ੂਰੀ ਦੇ ਵਿੱਚ ਬੈਠਣ ਦਾ, ਆਪ ਸਭ ਨੇ ਆਸ਼ੀਰਵਾਦ ਦੇਣ ਦਾ ਅਵਸਰ ਦਿੱਤਾ। ਮੈਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਦਾਰ ਗੁਰਦਿਆਲ ਸਿੰਘ ਰੰਧਾਵਾ ਜੀ ਦੀ ਪਹਿਲੀ ਬਰਸੀ ਮਨਾਉਣ ਲਈ ਇਕੱਠੇ ਹੋਏ ਹਾਂ। ਸਰਦਾਰ ਗੁਰਦਿਆਲ ਸਿੰਘ ਰੰਧਾਵਾ ਇੱਕ ਆਪਣੀ ਵੱਖਰੀ ਕਿਸਮ ਦੀ ਪਰਸਨੈਲਿਟੀ ਸੀ। ਜਿੰਨਾ ਕੁਛ ਇਨਸਾਨ ਨੂੰ ਮੈਂ ਜਾਣਿਆ, ਮੇਰਾ ਕੋਈ ਬਹੁਤ ਲੰਮਾ ਵਾਰ ਨਹੀਂ ਸੀ ਨਾਲ, ਪਰ ਹੈਗਾ ਸੀ। ਉਹਨਾਂ ਨੂੰ ਸਿਵਾਏ ਮੈਂ ਕਿਸੇ ਦੀ ਮਦਦ ਕਰਨ ਤੋਂ ਇਲਾਵਾ ਕੋਈ ਹੋਰ ਕੰਮ ਕਰਦਿਆਂ ਨਹੀਂ ਦੇਖਿਆ। ਜਿੰਨਾ ਕੁ ਮੈਨੂੰ ਪਤਾ, ਹਰ ਇੱਕ ਦੀ ਮਦਦ ਕਰਨ ਪੈਂਦੇ ਸਨ, ਕਿਉਂਕਿ ਪਰਮਾਤਮਾ ਤਾਂ ਉਹਨਾਂ ਦਾ ਦੇਣ ਸੀ। ਬੱਚੇ ਨੇਕ ਸਨ, ਕੰਮ ਬਹੁਤ ਚੰਗਾ ਸੀ। ਕੰਮ ਤੇ ਸ਼ਾਇਦ ਇਹਨਾਂ ਤੋਂ ਇਲਾਵਾ ਬੜਿਆਂ ਦਾ ਚੰਗਾ ਹੋਵੇਗਾ। ਗੁਰੂ ਮਹਾਰਾਜ ਜੀ ਹਜ਼ੂਰੀ ਚ ਬੈਠੇ, ਗੁਰੂ ਰੂਪ ਸਾਧ ਸੰਗਤ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਰਦਾਰ ਗੁਰਦਿਆਲ ਸਿੰਘ ਰੰਧਾਵਾ ਜੀ ਦੇ ਦੋਸਤ, ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਸੰਗੀ ਸਾਥੀ, ਉਹਨਾਂ ਨੂੰ ਜਾਣਨ ਵਾਲੇ, ਅੱਜ ਉਹਨਾਂ ਦੀ ਪਹਿਲੀ ਬਰਸੀ ਦੇ ਮੌਕੇ ਤੇ, ਅਰਦਾਸ ਦੇ ਸਮੇਂ ਤੇ ਇਕੱਠੇ ਹੋਏ ਆ। ਰੰਧਾਵਾ ਜੀ ਦੇ ਜੀਵਨ ਬਾਰੇ ਜੇ ਬੋਲਣਾ ਚਾਹੀਏ ਤਾਂ ਬਹੁਤ ਲੰਬਾ ਸਮਾਂ ਬੋਲਿਆ ਜਾ ਸਕਦਾ ਹੈ। ਉਹ ਇੱਕ ਵੱਖਰੀ ਕਿਸਮ ਦੇ ਇਨਸਾਨ ਸਨ, ਵੱਖਰੀ ਕਿਸਮ ਦੀ ਉਹਨਾਂ ਦੀ ਪਰਸਨੈਲਿਟੀ ਸੀ, ਬੜੀ ਅੱਛੀ ਗੁਫ਼ਤਗੂ ਸੀ, ਬਹੁਤ ਅੱਛੇ ਦੋਸਤ ਸਨ, ਬਹੁਤ ਚੰਗੇ ਇਨਸਾਨ ਸਨ। ਸੋ ਉਹਨਾਂ ਦੀਆਂ ਜਿੰਨੀਆਂ ਵੀ ਸਿਫਤਾਂ ਕਰੀਏ,
ਉਹ ਥੋੜੀਆਂ ਹਨ, ਮੈਨੂੰ ਕੋਈ ਅੱਖਰ ਨਹੀਂ ਮਿਲ ਰਹੇ। ਬਹੁਤ ਲੋਕਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਦਾ, ਪਰ ਸਰਦਾਰ ਗੁਰਦਿਆਲ ਸਿੰਘ ਵਰਗੇ ਵਿਰਲੇ ਵਿਰਲੇ ਬੰਦੇ ਕਦੀ ਮਿਲਦੇ ਆ। ਬਾਜਵਾ ਸਾਹਿਬ ਦੱਸ ਰਹੇ ਸਨ ਕਿ ਬਹੁਤ ਲੋਕ ਉਹਨਾਂ ਨਾਲ ਵੀ ਜ਼ਿਆਦਾ ਅਮੀਰ ਹੋਣਗੇ, ਪਰ ਬਹੁਤ ਲੋਕਾਂ ਕੋਲ ਦਿਲ ਨਹੀਂ ਹੁੰਦਾ। ਸਰਦਾਰ ਗੁਰਦਿਆਲ ਸਿੰਘ ਜੀ ਰੰਧਾਵਾ ਜੀ, ਜਿਨ੍ਹਾਂ ਨਾਲ ਪਰਿਵਾਰਿਕ ਰਿਸ਼ਤਾ ਹੈ। ਸਰਦਾਰ ਰਾਜਦੀਪ ਸਿੰਘ ਰੰਧਾਵਾ ਵੱਲੋਂ ਕੁਛ ਐਸੀਆਂ ਸੰਸਥਾਵਾਂ ਜੋ ਕਿ ਬਟਾਲਾ ਦੇ ਆਸ ਪਾਸ ਬਹੁਤ ਹੀ ਨੇਕ ਕੰਮ ਕਰ ਰਹੀਆਂ ਹਨ, ਉਹਨਾਂ ਨੂੰ ਬੇਨਤੀ ਹੈ ਕਿ ਇਸ ਕਾਰਜਕ੍ਰਮ ਦੇ ਵਿੱਚ ਆਪਣਾ ਆਪਣਾ ਸਹਿਯੋਗ ਦੇਣ। ਸੋ ਉਹ ਸ਼ਖਸੀਅਤ ਸਰਦਾਰ ਗੁਰਦਿਆਲ ਸਿੰਘ ਜੀ ਰੰਧਾਵਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸੇਵਾ ਦੇ ਵਿੱਚ ਗੁਜ਼ਾਰਿਆ, ਹਰ ਦੁਖੀ ਦੀ, ਹਰ ਆਪਣੇ ਸਮਾਜ ਦੀ, ਜਿਹੜੇ ਪਿੰਡ ਚੋਂ ਰਹਿੰਦੇ ਸਨ ਉੱਥੇ ਹਮੇਸ਼ਾ ਸੇਵਾ 'ਚ ਰਹੇ। ਅਤੇ ਉਹਨਾਂ ਦੇ ਬੇਟੇ ਰਾਜਦੀਪ ਜੀ ਜਿਹੜੇ ਮੇਰੇ ਬਚਪਨ ਦੇ ਦੋਸਤ ਨੇ, ਉਹਨਾਂ ਦਾ ਵੀ ਸੁਭਾਅ ਇਸੇ ਤਰ੍ਹਾਂ ਹੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਲਈ ਆਪਾਂ ਹਮੇਸ਼ਾ ਖੜੇ ਰਹੀਏ। ਅਤੇ ਇੱਥੇ ਨਾਲ ਆਏ ਹੋਏ ਅੱਜ ਸਾਡੇ ਉਹ ਸ਼ਹੀਦਾਂ ਦੇ ਪਰਿਵਾਰ, ਜਿਨ੍ਹਾਂ ਨੇ ਮਾਤਰ ਭੂਮੀ ਦੀ ਰੱਖਿਆ ਕਰਦੇ ਹੋਏ ਬਹਾਦਰੀ ਦੇ ਨਾਲ ਮਹਾਨ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਨਾਲ ਵਿੱਕੀ ਜੀ ਸਾਡੇ ਜਨਰਲ ਸੈਕਟਰੀ ਤੇ ਬੈਠੇ ਹੋਏ ਮੇਰੇ ਦੋਸਤੋ ਵੀਰੋ ਤੇ ਬਜ਼ੁਰਗੋ, ਇਹ ਸ਼ਹੀਦਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ। ਇਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ, ਜੋ ਜੋ ਇਹ ਕੁਰਬਾਨੀਆਂ ਕਰਦੇ ਨੇ, ਇਹ ਜਦੋਂ ਘਰੋਂ ਜਵਾਨ ਨਿਕਲਦੇ ਨੇ ਮੌਤ ਦਾ ਕਫਨ ਬੰਨ ਕੇ ਨਿਕਲਦੇ ਨੇ, ਔਰ ਇਹ ਸੋਚ ਕੇ ਨਿਕਲਦੇ ਨੇ ਅਸੀਂ ਵਾਪਸ ਨਹੀਂ ਆਵਾਂਗੇ। ਜਦੋਂ ਜਵਾਨ ਆਪਣੀ ਪਤਨੀ, ਆਪਣੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ, ਆਪਣੇ ਪਿਤਾ ਨੂੰ, ਆਪਣੀ ਮਾਂ ਨੂੰ ਦੇਖਦਾ, ਆਪਣੀ ਪਤਨੀ ਨੂੰ ਦੇਖਦਾ, ਉਹ ਜਵਾਨ ਦੀਆਂ ਅੱਖਾਂ ਭਰੀਆਂ ਹੁੰਦੀਆਂ ਨੇ, ਨਮ ਹੁੰਦੀਆਂ ਨੇ, ਔਰ ਉਹ ਸੋਚ ਕੇ ਜਾਂਦਾ ਪਤਾ ਨਹੀਂ ਇਹਨਾਂ ਨੂੰ ਮੈਂ ਦੇਖ ਪਾਵਾਂਗਾ ਜਾਂ ਨਹੀਂ ਦੇਖ ਪਾਵਾਂਗਾ। ਔਰ ਬੱਚਿਆਂ ਨੂੰ ਤਾਂ ਪਤਾ ਕੁਛ ਨਹੀਂ ਹੁੰਦਾ, ਹੁਣੇ ਮੈਂ ਕਿੱਥੋਂ ਨੰਗਲ, ਸਾਡੇ ਪਿਤਾ ਜੀ ਖੜੇ ਨੇ, ਇਹਨਾਂ ਦਾ ਬੇਟਾ ਸ਼ਹੀਦ ਹੋਇਆ, ਜੇ ਅਵਾਰਡ ਹੋ ਰਿਹਾ ਕਿਤੇ, ਕੋਈ ਅਵਾਰਡ ਹੋ ਰਿਹਾ, ਉੱਥੇ ਤਾਂ ਅਸੀਂ ਸਾਰੇ ਬਣ ਤਣ ਕੇ ਜਾਂਦੇ ਹਾਂ ਕਿ ਚਲੋ ਸਾਨੂੰ ਅਵਾਰਡ ਮਿਲਣੇ, ਪ੍ਰਾਊਡ ਨਹੀਂ ਮਿਲਦਾ ਉੱਥੇ, ਇੱਥੇ ਪ੍ਰਾਊਡ ਮਿਲਿਆ। ਇੱਥੇ ਇਹ ਲੱਗਦਾ ਕਿ ਸਾਡਾ ਪੰਜਾਬ ਵਾਕਿਆ ਬੜਾ ਅਮੀਰ ਹੈ, ਸਾਡੇ ਪੰਜਾਬੀ ਵਾਕਿਆ ਬੜੇ ਅਮੀਰ ਨੇ, ਜਿਹੜੇ ਦੇਸ਼ ਦੀ ਖਾਤਰ ਹੱਸ ਹੱਸ ਕੇ ਜਾਨਾਂ ਵਾਰ ਦਿੰਦੇ ਨੇ। ਜਿਵੇਂ ਰਾਜਦੀਪ ਭਾਅ ਜੀ ਨੇ ਕਿਹਾ ਕਿ ਬਜ਼ੁਰਗ ਕਹਿੰਦੇ ਨੇ ਕਿ ਗੇਟ ਬਣਾ ਦਿਓ ਤਾਂ ਕਿ ਉਹਦੇ ਪੁੱਤ ਉਹਦੇ ਪੋਤਰੇ ਦੇਖ ਕੇ ਕਹਿਣ ਕਿ ਇਹ ਸਾਡੇ ਬਾਪ ਦਾ, ਸਾਡੇ ਦਾਦੇ ਦਾ ਕਿੰਨਾ ਵੱਡਾ ਜਜ਼ਬਾ ਸੀ ਦੇਸ਼ ਦੀ ਖਾਤਰ ਜਾਨ ਦੇਣ ਦਾ, ਹੈ ਨਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ, ਜਿਹੜੇ ਮੇਰੇ ਭਰਾ ਸੁਣਦੇ ਹੋਣਗੇ ਜਾਂ ਜਿਹੜੇ ਉੱਧਰ ਖੜੋਤੇ ਨੇ, ਉਹਨਾਂ ਨੂੰ ਕਿ ਨਸ਼ਿਆਂ ਨੁਸ਼ਿਆਂ ਨੂੰ ਛੱਡੋ ਯਾਰ, ਜੇ ਜਾਨਾਂ ਹੀ ਦੇਣੀਆਂ ਤਾਂ ਫਿਰ ਦੇਸ਼ ਦੀ ਖਾਤਰ ਦਿਓ, ਤਾਂ ਕਿ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੂੰ, ਤੁਹਾਡੀਆਂ ਅਗਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਦੇਸ਼, ਇਹ ਵਤਨ, ਇਹ ਪੰਜਾਬ, ਇਹ ਮਿੱਟੀ, ਇਹਦਾ ਕੀ ਮੋਲ ਹੈ, ਇਹਦੀ ਕੀ। ਹਾਂਜੀ ਸਰ, ਸਰ ਦੇਖਿਓ, ਹਾਂਜੀ ਸਰ, ਇਸ ਵਿੱਚ ਆਪਰੇਸ਼ਨ ਕੀਤੇ ਜਾਣਗੇ, ਉਹਨਾਂ ਦੇ ਪ੍ਰਤੀਨਿਧੀ ਇੱਥੇ ਸਾਡੇ ਵਿੱਚ ਵੱਲੋਂ ਇਹਨਾਂ ਨੂੰ ਇੱਕ ਛੋਟੀ ਜਿਹੀ ਸਹਿਯੋਗ ਰਾਸ਼ੀ, ਇਹਨਾਂ ਵੱਲੋਂ ਦਿੱਤੀ ਗਈ ਰਾਸ਼ੀ ਨਾਲ ਉਹਨਾਂ 10 ਗਰੀਬ ਲੋਕਾਂ ਦੇ ਅੱਖਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ।
लेकिन इन्हां संस्थावां दा बहुत सहयोग बटाला शहर नूं है, सो इन्हां नूं ये